ਮੈਂ ਜਿੱਦਾਂ ਮੇਰੇ ਪਿੱਤੇ ਦੇ ਵਿੱਚ ਪੱਥਰੀ ਸੀਗੀ ਬਹੁਤ ਟਾਈਮ ਤੋਂ, ਤਾਂ ਬਹੁਤ ਮੇਰੇ ਪੇਨ ਹੁੰਦੀ ਸੀਗੀ, ਤਾਂ ਇਸ ਕਰਕੇ ਮੈਂ ਇੱਥੋਂ ਆਪਣਾ ਲੈਪਰੋਸਕੋਪੀ ਦੇ ਨਾਲ ਆਪਰੇਸ਼ਨ ਕਰਾਇਆ ਆ। ਠੀਕ ਹੈ ਜੀ, ਕੋਈ ਪੇਨ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ, ਐਨ ਵਧੀਆ ਤਰੀਕੇ ਨਾਲ ਮੇਰਾ ਓਪਰੇਟ ਕੀਤਾ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਿਲੇਜ ਗੋਰਸੀਆਨੇਹਾਲ, ਤਹਿਸੀਲ ਫਲੌਰ, ਡਿਸਟ੍ਰਿਕਟ ਜਲੰਧਰ ਤੋਂ ਬਿਲੋਂਗ ਕਰਦਾ ਜੀ। ਮੈਂ ਜਿੱਦਾਂ ਮੇਰੇ ਪਿੱਤੇ ਦੇ ਵਿੱਚ ਪੱਥਰੀ ਸੀਗੀ ਬਹੁਤ ਟਾਈਮ ਤੋਂ, ਤਾਂ ਬਹੁਤ ਮੇਰੇ ਪੇਨ ਹੁੰਦੀ ਸੀਗੀ, ਇਸ ਕਰਕੇ ਮੈਂ ਸਟਾਰ ਹੋਸਪਿਟਲ ਜਲੰਧਰ ਤੋਂ, ਯਾਨੀ ਕਿ ਸਾਡਾ ਪਹਿਲਾਂ ਹੀ ਤੋਂ ਇਹਨਾਂ ਦੇ ਨਾਲ ਆਉਣਾ ਜਾਣਾ ਸੀਗਾ, ਦਵਾਈ ਇੱਥੋਂ ਲਿਜਾਂਦੇ ਸੀਗੇ, ਤਾਂ ਜਿੱਦਾਂ ਡਾਕਟਰ ਸਾਹਿਬ ਵੀ ਬਹੁਤ ਵਧੀਆ ਆ ਜੀ, ਤਾਂ ਇਸ ਕਰਕੇ ਮੈਂ ਇੱਥੋਂ ਆਪਣਾ ਲੈਪਰੋਸਕੋਪੀ ਦੇ ਨਾਲ ਆਪਰੇਸ਼ਨ ਕਰਾਇਆ ਆ। ਠੀਕ ਹੈ ਜੀ, ਡਾਕਟਰ ਜਸਮੀਤ ਸਰ ਨੇ ਕੀਤਾ ਮੇਰਾ ਆਪਰੇਸ਼ਨ, ਬਹੁਤ ਵਧੀਆ ਆਪਰੇਸ਼ਨ ਕੀਤਾ ਮੇਰਾ। ਠੀਕ ਹੈ ਜੀ, ਮੈਨੂੰ ਬਹੁਤ ਵਧੀਆ ਟ੍ਰੀਟ ਕੀਤਾ, ਹੋਸਪਿਟਲ 'ਚ ਪੂਰੀ ਸਫਾਈ ਆ, ਪੂਰਾ ਵਧੀਆ ਪ੍ਰਬੰਧ ਆ। ਠੀਕ ਹੈ ਜੀ, ਕੋਈ ਪੇਨ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ, ਐਨ ਵਧੀਆ ਤਰੀਕੇ ਨਾਲ ਮੇਰਾ ਓਪਰੇਟ ਕੀਤਾ ਗਿਆ, ਤਾਂ ਹੁਣ ਮੈਂ ਪੂਰਾ ਠੀਕ ਹਾਂ। ਐਨ ਯਾਨੀ ਕਿ 3-4 ਦਿਨ ਦੇ ਵਿੱਚ ਮੈਨੂੰ ਕਵਰ ਕਰ ਦਿੱਤਾ ਮੇਰਾ ਸਾਰਾ, ਐਨ ਰਿਕਵਰੀ ਹੋ ਗਈ 3-4 ਦਿਨ ਦੇ ਵਿੱਚ। ਇਸ ਲਈ ਸਰ ਦਾ ਬਹੁਤ ਬਹੁਤ, ਜਸਮੀਤ ਸਰ ਦਾ ਥੈਂਕ ਯੂ, ਸਟਾਰ ਹੋਸਪਿਟਲ ਬਾਰੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ। ਓਕੇ ਜੀ, ਥੈਂਕ ਯੂ।